ਇਹ ਭਰਾਈ ਦੀ ਵਜ੍ਹਾ ਨਾਲ ਨਹੀਂ ਗਏ ਜਿਹੜੀ ਸਾਡੇ ਨਾਲ ਯੂਨੀਅਨ 'ਚ ਧੱਕਾ ਕਰ ਗਈ ਜੀ ਉਸ ਕਰਕੇ ਨਾ ਜ਼ਿਆਦਾ ਟੁੱਟ ਗਏ ਬਾਲਟੀ ਤਾਂ ਭਰ ਗਈ ਨਾਲ ਟੱਬ ਰੱਖ ਰੱਖਿਆ ਹੈਗਾ ਉਹ 'ਚ ਪਾ ਰਹੇ ਹਾਂਗੇ ਹੁਣ ਤਾਂ ਬਿਲਕੁਲ ਸਿਮਰਜੀਤ ਮਾਨ ਨਾਲ ਟੱਕਰਾ ਬਾਕੀ ਪਾਰਟੀਆਂ ਨਾਲ ਕੋਈ ਟੱਕਰ ਨਹੀਂ ਵੀ ਜਦੋਂ ਤੋਂ ਕੋਈ ਮੁਸੀਬਤ ਆਈ ਪੰਜਾਬ ਦੇ ਹਿੱਤਾਂ ਦੀ ਗੱਲ ਕਿਸਾਨੀ ਦੇ ਹਿੱਤਾਂ ਦੀ ਗੱਲ ਕਿਸੇ ਮਜ਼ਦੂਰ ਦੇ ਹਿੱਤਾਂ ਦੀ ਗੱਲ ਤਾਂ ਹਰੇਕ ਮੋੜ ਦੇ ਉੱਤੇ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜਿਆ ਸਰਕਾਰ ਦਾ ਮਹਾਨ ਲੈਕੀ ਹੋਈ ਹੈ ਪੰਜਾਬ ਦੀ ਯੂਨੀਵਰਸਿਟੀ ਗਈ ਪੰਜਾਬ ਦੇ ਪਾਣੀ ਗਏ BBM ਦਾ ਮਾਮਲਾ ਚੰਡੀਗੜ੍ਹ ਗਿਆ ਇਹ ਸਾਰੀਆਂ ਗੱਲਾਂ 80 ਦਿਨਾਂ ਦੇ ਵਿੱਚ ਜਿੱਥੇ ਹੁਣ ਤੱਕ ਖਤਮ ਕਰਤੀਆਂ ਕਿਸੇ ਤਰੀਕੇ ਨਾਲ ਪੰਜਾਬ ਦੀ ਜਵਾਨੀ ਹੈ ਜਿਹੜੀ ਉਹਨੂੰ ਸਸਤੇ ਨਸ਼ੇ ਦੇ ਕੇ ਉਹਨੂੰ ਖਤਮ ਕਰਨ ਦੀ ਪਾਲਿਸੀ ਆ ਕਿਵੇਂ ਲੱਗਦਾ ਇਸ ਵਾਰ ਅਕਾਲੀ ਦਲ ਬਾਜੀ ਮਾਰੂ ਅਕਾਲੀ ਦਲ ਬਾਜੀ ਕਿਉਂ ਨਹੀਂ ਮਾਰੂਗਾ ਜੀ ਇਹਨਾਂ ਨਾਲ ਜੀਣਾ ਦੁੱਬਰ ਕਰਤਾ ਬਾਕੀ ਪਾਰਟੀਆਂ ਨੇ ਮਾਨ ਸਾਹਿਬ ਨੇ ਨਜ਼ਾਰਾ ਲਿਆਤਾ ਅੱਜ ਕੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂਵਾਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਫੱਗੂਵਾਲਾ ਵਿਖੇ ਜਿੱਥੇ ਵੱਖ ਵੱਖ ਪਾਰਟੀਆਂ ਦੇ ਪੋਲਿੰਗ ਲੱਗੇ ਹੋਏ ਨੇ ਅਸੀਂ ਸਾਰਿਆਂ ਨਾਲੋਂ ਪਹਿਲਾਂ ਪੋਲਿੰਗ 'ਤੇ ਪਹੁੰਚੇ ਹਾਂ ਸਰਕਾਰ ਦੇ ਪੋਲਿੰਗ 'ਤੇ ਜਿੱਥੇ ਸਰਕਾਰੀ ਤੰਤਰ ਫੰਤਰ ਤੰਤਰ ਸਾਰਾ ਚੱਲਦਾ ਉੱਥੇ ਨੌਜਵਾਨਾਂ ਨੇ ਪੋਲਿੰਗ ਸੰਭਾਲਿਆ ਹੋਇਆ ਜਿੱਥੇ ਪਹਿਲਾਂ ਬਹੁਤ ਭਾਰੀ ਉਤਸ਼ਾਹ ਸੀ ਪਹਿਲਾਂ ਵਾਲੇ ਉਤਸ਼ਾਹ ਨੂੰ ਇਸ ਵਾਰ ਥੋੜ੍ਹਾ ਜਿਹਾ ਘੱਟ ਤਾਂ ਹੈਗਾ ਪਰ ਕਰ ਲੈਣੇ ਗੱਲ ਕਿਉਂ ਘੱਟਾ ਹਾਂਜੀ ਲੱਖਾ ਜੀ ਕੀ ਹਾਲ ਨੇ ਵਧੀਆ ਜੀ ਕਿਉਂ ਰਸ ਕਿਉਂ ਨਹੀਂ ਹੈਗਾ ਕੁਰਸੀਆਂ ਥੋੜ੍ਹੀ ਜਿਹੀ ਰਹਿ ਗਈਆਂ ਰਸਤਾ ਜੀ ਹੁਣ ਸੀਜ਼ਨ ਦਾ ਕੰਮ ਆ ਜੀਰੀ ਲਾ ਰਹੇ ਨੇ ਲੋਕ ਵੋਟਾਂ ਪਾਉਣ ਆਏ ਨੇ ਕਹੋ ਕਿ ਨਹੀਂ ਵੋਟ ਪਵਾ ਕੇ ਮੁੜ ਰਹੇ ਨੇ ਲੋਕ ਕਿਉਂਕਿ ਪਰਸੈਂਟੇਜ ਬਹੁਤ ਘਟੀ ਹੋਈ ਹੈ ਜੀ ਜਿਹੜੇ ਦਿਹਾੜੀਦਾਰ ਲੋਕ ਨੇ ਉਹ ਫਿਰ ਘਰੋਂ ਨਿਕਲਦੇ ਨਹੀਂ ਕੰਮ ਕਰਦੇ ਨੇ ਆਪਦਾ ਕੰਮ ਕਾਰ ਉਹ ਮੁਸ਼ਕਲ ਆਉਂਦਾ ਆਉਣਾ ਕਿਵੇਂ ਲੱਗਦਾ ਇਸ ਵਾਰ ਮਾਹੌਲ ਆਮ ਆਦਮੀ ਪਾਰਟੀ ਦਾ ਥੋੜ੍ਹਾ ਜਿਹਾ ਹਿੱਲਿਆ ਲੱਗਦਾ ਨਹੀਂ ਮਾਹੌਲ ਠੀਕ ਆਮ ਆਦਮੀ ਪਾਰਟੀ ਦਾ ਕਿਉਂਕਿ ਸਰਕਾਰ ਮੰਨ ਰਹੀ ਆ ਵੀ ਸਾਡੇ ਟੱਕਰ 'ਚ ਸਿਮਰਜੀਤ ਮਾਨ ਬਿਲਕੁਲ ਸਿਮਰਜੀਤ ਮਾਨ ਨਾਲ ਟੱਕਰਾ ਬਾਕੀ ਪਾਰਟੀਆਂ ਨਾਲ ਕੋਈ ਟੱਕਰ ਨਹੀਂ ਜੇ ਸਿਮਰਜੀਤ ਮਾਨ ਟੱਕਰ 'ਚ ਆ ਗਿਆ ਫਿਰ ਤੁਸੀਂ ਕੀ ਉਮੀਦ ਕਰਦੇ ਹੋ ਜਿੱਤ ਜਾਓਗੇ ਅਸੀਂ ਜਿੱਤਾਂਗੇ ਜੀ ਪੱਕਾ ਜਿੱਤਾਂਗੇ ਹੋਰ ਵੀ ਨੌਜਵਾਨ ਨੇ ਹਾਂਜੀ ਕਿਵੇਂ ਲੱਗਦਾ ਬਹੁਤ ਵਧੀਆ ਮਾਹੌਲ ਆ ਜੀ 100% ਜਿੱਤਾਂਗੇ ਜੀ ਕਿੱਥੋਂ ਜਿੱਤੋਗੇ 100% ਸੰਗਰੂਰ ਚੋਣ ਅਸੀਂ ਪੂਰੇ ਇਲਾਕੇ ਦਾ ਸਰਵੇ ਕਰ ਰਹੇ ਹਾਂ ਪਰ ਜਿੰਨਾ ਤੋਂ ਤੁਹਾਡੇ 'ਚ ਉਤਸ਼ਾਹ ਨਾ ਕਿਤੇ ਨਹੀਂ ਪਾਇਆ ਇਹ ਸਾਨੂੰ 26 ਨੂੰ ਪਤਾ ਲੱਗ ਜੂ ਜੀ 26 ਨੂੰ ਜੇ ਕੁਝ ਹੋਰ ਪਤਾ ਲੱਗ ਗਿਆ ਫਿਰ ਨਹੀਂ ਪਤਾ ਲੱਗਦਾ ਤੁਸੀਂ ਵੀ ਉਰੀਆਂ ਜੀ ਅਸੀਂ ਵੀ ਉਰੀਆਂ ਜੀ ਇਹ ਨੌਜਵਾਨਾਂ ਦਾ ਜਜ਼ਬਾ ਹਜੇ ਵੀ ਇਹ ਕਹਿ ਰਹੇ ਨੇ ਵੀ ਸਾਡਾ ਉਮੀਦਵਾਰ ਜਿੱਤੂ ਪਰ ਦੇਖਣ ਵਾਲਾ ਸਮਾਂ ਹੋਊਗਾ 26 ਤਰੀਕ ਨੂੰ ਵੀ ਕਿਵੇਂ ਕਿੰਨੇ ਕੁ ਝੋਲੇ 'ਚ ਦਾਣੇ ਨੇ ਆਮ ਆਦਮੀ ਪਾਰਟੀ ਦੇ ਉਹ ਆਉਣ ਵਾਲਾ ਸਮਾਂ ਦੱਸੂਗਾ ਹੋਰ ਵੀ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨਾਲ ਕਰਾਉਣੇ ਗੱਲ ਹੋਇਆ ਉਰੇ ਵੱਡੇ ਵੱਡੇ ਦਿੱਗਜ ਲੀਡਰ ਬੈਠੇ ਨੇ ਹਾਂਜੀ ਜਥੇਦਾਰ ਸਾਹਿਬ ਕਿਵੇਂ ਲੱਗਦਾ ਤੁਸੀਂ ਨੇ ਕੁਝ ਦਿਨ ਪਹਿਲਾਂ ਕੁਝ ਸਾਂਝੇ ਵੀ ਕਰੇ ਸੀ ਅੰਕੜੇ ਵੀ ਸਰਕਾਰ ਹੈ ਇੱਦਾਂ ਦੇ ਘਪਲੇ ਕਰ ਰਹੀ ਆ ਕਿਵੇਂ ਲੱਗਦਾ ਮਾਹੌਲ ਪਿੰਡ ਦਾ ਮਾਹੌਲ ਬੜਾ ਵਧੀਆ ਜੀ ਲੋਕ ਅਕਾਲੀ ਦਲ ਦੀ ਗੱਲ ਨੂੰ ਮਹਿਸੂਸ ਕਰਦੇ ਨੇ ਵੀ ਜਿੱਥੇ ਕਿਤੇ ਵੀ ਜਦੋਂ ਤੋਂ ਕੋਈ ਮੁਸੀਬਤ ਆਈ ਪੰਜਾਬ ਦੇ ਹਿੱਤਾਂ ਦੀ ਗੱਲ ਕਿਸਾਨੀ ਦੇ ਹਿੱਤਾਂ ਦੀ ਗੱਲ ਕਿਸੇ ਮਜ਼ਦੂਰ ਦੇ ਹਿੱਤਾਂ ਦੀ ਗੱਲ ਤਾਂ ਹਰੇਕ ਮੋੜ ਦੇ ਉੱਤੇ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਖੜਿਆ ਸਰਕਾਰ ਦਾ ਮਹਾਨ ਲੈਕੀ ਹੋਈ ਹੈ ਪੰਜਾਬ ਦੀ ਯੂਨੀਵਰਸਿਟੀ ਗਈ ਪੰਜਾਬ ਦੇ ਪਾਣੀ ਗਏ BBM ਦਾ ਮਾਮਲਾ ਚੰਡੀਗੜ੍ਹ ਗਿਆ ਇਹ ਸਾਰੀਆਂ ਗੱਲਾਂ 80 ਦਿਨਾਂ ਦੇ ਵਿੱਚ ਜਿੱਥੇ ਹੁਣ ਤੱਕ ਖਤਮ ਕਰਤੀਆਂ 80 ਦਿਨਾਂ ਦੇ ਵਿੱਚ ਪੰਜਾਬ ਦੀ ਇਸ ਮੌਜੂਦਾ ਸਰਕਾਰ ਨੇ ਸਰਕਾਰ ਜਥੇਦਾਰ ਜੀ ਇਹ ਕਹਿ ਰਹੀ ਆ ਵੀ ਜਿੰਨੀਆਂ ਪ੍ਰਾਪਤੀਆਂ ਅਸੀਂ 80 ਦਿਨਾਂ 'ਚ ਕਰਤੀਆਂ ਬਾਕੀ ਸਰਕਾਰਾਂ 90-5 ਸਾਲਾਂ 'ਚ ਨਹੀਂ ਕਰੀਆਂ ਨਹੀਂ ਬਹੁਤ ਵੱਡੀ ਪ੍ਰਾਪਤੀ ਹੈ ਆਹੀ ਵੱਡੀਆਂ ਪ੍ਰਾਪਤੀਆਂ ਨੇ ਜਿਹੜਾ ਅਸੀਂ ਪਹਿਰੇਦਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਪਹਿਰੇਦਾਰੀ ਕਰਕੇ ਸ਼ਰਾਬ ਵੀ ਸਸਤੀ ਕਰਤੀ ਸ਼ਰਾਬ ਹੁਣ ਤੱਕ ਪਹਿਰੇਦਾਰੀ ਕਰਕੇ ਸਰਕਾਰ ਸੀਗੀ ਜਿਹੜੀ ਉਹ ਘੇਰਦੇ ਰਹੇ ਦਿੱਲੀ ਦੇ ਹਮਲਿਆਂ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ ਘੇਰਦਾ ਰਿਹਾ ਲੇਕਿਨ ਇਹਨਾਂ ਨੇ ਕਰਤਾ ਲੇਕਿਨ ਵੱਡਾ ਦੁਖਾਂਤ ਹੈ ਇਹਨਾਂ ਦਾ ਮੇਨ ਚੈਪਟਰ ਸੀਗਾ ਇਹ ਕਹਿੰਦੇ ਸੀ ਵਿੱਦਿਆ ਅਤੇ ਅਸੀਂ ਸਿਹਤ ਦੇਵਾਂਗੇ ਦੋਨੇ ਚੀਜ਼ਾਂ ਲੇਕਿਨ ਮੈਂ ਪੁੱਛਣਾ ਚਾਹੁੰਦਾ ਵੀ ਸਿਹਤ ਸ਼ਰਾਬ ਨਾਲ ਬਣੂਗੀ ਕੀ ਸ਼ਰਾਬ ਸਸਤੀ ਕਰਕੇ ਜ਼ਿਆਦਾ ਸ਼ਰਾਬ ਦੇਣ ਨਾਲ ਅਲਕੋਹਲ ਵੀ ਥੋੜ੍ਹਾ ਜਿਹਾ ਵਧਾਤਾ ਪਰਸੈਂਟੇਜ ਵਧਾਤੀ ਉਹਦੀ ਚਲੋ ਜੋ ਤਾਂ ਇਹਨਾਂ ਨੇ ਮਾਰਨਾ ਹੈ ਕਿਸੇ ਤਰੀਕੇ ਨਾਲ ਪੰਜਾਬ ਦੀ ਜਵਾਨੀ ਹੈ ਜਿਹੜੀ ਉਹਨੂੰ ਸਸਤੇ ਨਸ਼ੇ ਦੇ ਕੇ ਉਹਨੂੰ ਖਤਮ ਕਰਨ ਦੀ ਪਾਲਿਸੀ ਆ ਅਸੀਂ ਤਾਂ ਡਟ ਕੇ ਵਿਰੋਧ ਕਰਾਂਗੇ ਜਿਹੜੇ ਵੀ ਤਰੀਕੇ ਨਾਲ ਹੋਊਗਾ ਉਹ ਕਰਾਂਗੇ ਕਿਵੇਂ ਲੱਗਦਾ ਇਸ ਵਾਰ ਅਕਾਲੀ ਦਲ ਬਾਜੀ ਮਾਰੂ ਅਕਾਲੀ ਦਲ ਬਾਜੀ ਕਿਉਂ ਨਹੀਂ ਮਾਰੂਗਾ ਜੀ ਕਿਉਂਕਿ ਪਰਸੈਂਟੇਜ ਆਈ ਵਾਰੀ ਥੋੜ੍ਹੀ ਜਿਹੀ ਘੱਟਦੀ ਗਈ ਬਿਲਕੁਲ ਨਹੀਂ ਕੋਈ ਪਰਸੈਂਟੇਜ ਨਹੀਂ ਆਹ ਚੋਣ ਤਾਂ ਅਕਾਲੀ ਦਲ ਲੜੇ ਨਹੀਂ ਰਿਹਾ ਆਹ ਤਾਂ ਬੀਬੀ ਗੱਲ ਲੜ ਰਹੀ ਹੈ ਅਕਾਲੀ ਦਲ ਨੇ ਤਾਂ ਉਹਨੂੰ ਚੋਣ ਨਿਸ਼ਾਨ ਦਿੱਤਾ ਬੀਬੀ ਨੇ ਚੋਣ ਨਿਸ਼ਾਨ ਦੀ ਮੰਗ ਕੀਤੀ ਉਹਨਾਂ ਨੇ ਦਿੱਤਾ ਲੇਕਿਨ ਸਮੁੱਚੀਆਂ ਪੰਥਕ ਜਥੇਬੰਦੀਆਂ ਪੰਥਕ ਲੋਕ ਨੇ ਜਿਹੜੇ ਉਹ ਲੜ ਰਹੇ ਨੇ ਉਹ ਲੜਨਗੇ ਬੰਦੀ ਜੇ ਇਸ ਮੋੜ ਦੇ ਉੱਤੇ ਇੱਕ ਹੋਰ ਹਾਰ ਹੋਊਗੀ ਜੇ ਬੀਬੀ ਕਮਲਜੀਤ ਕੌਰ ਦਾ ਨੁਕਸਾਨ ਹੁੰਦਾ ਇਸ ਚੋਣ ਦੇ ਵਿੱਚ ਅਸੀਂ ਬੰਦੀ ਸਿੰਘਾਂ ਦੇ ਬਰਖਿਲਾਫ ਇੱਕ ਮਰਦੋਂ ਸੁਮਾਰੀ ਹੈ ਜਿਹੜੀ ਇਹ
ਬੰਦੀ ਸਿੰਘਾਂ ਦੇ ਹੱਕ 'ਚ ਮਰਦਮਸ਼ੁਮਾਰੀ ਹੈ, ਉਹ ਹੱਕ 'ਚ ਮਰਦਮਸ਼ੁਮਾਰੀ ਦੀ ਅਸੀਂ ਚੋਣ ਗੱਲ ਹਾਰ ਜਾਵਾਂਗੇ। ਇਸ ਲਈ ਸਾਨੂੰ ਹੁਣ ਤੱਕ ਹੁਣ ਵੀ ਜਿਹੜਾ ਰਹਿੰਦਾ ਸਮਾਂ, ਅੱਜ ਵੀ ਹੁਣ ਵੀ ਜਿਹੜਾ ਰਹਿੰਦਾ ਸਮਾਂ, ਸਾਨੂੰ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੋਟ ਪੁਤਾਉਣੀ ਚਾਹੀਦੀ ਆ। ਇਹ ਸਨ ਜਥੇਦਾਰ ਪਰਸ਼ੋਤਮ ਸਿੰਘ ਜੀ, ਜੋ ਕਿ ਸਾਂਝਾ ਪੋਲਿੰਗ ਅਕਾਲੀ ਦਲ ਅਤੇ ਬਸਪਾ ਦਾ ਲੱਗਿਆ ਹੋਇਆ ਅਤੇ ਹੋਰ ਵੀ ਪੋਲਿੰਗ ਵਾਲਿਆਂ ਨਾਲ ਕਰਾ ਉਹਨਾਂ ਨੌਜਵਾਨ ਮੁੰਡਿਆਂ ਨੇ ਸਾਹਮਣੇ ਆਇਆ ਸਿਮਰਜੀਤ ਮਾਨ ਦਾ ਪੋਲਿੰਗ। ਕਿਵੇਂ ਦਾ ਉਤਸ਼ਾਹ ਲੱਗਦਾ ਵੋਟਾਂ 'ਚ? ਮਹਾਈ ਫੁੱਲ ਐਣ, ਜਿਵੇਂ ਕਹੋ ਬਾਲਟੀ ਤਾਂ ਭਰ ਗਈ, ਨਾਲ ਟੱਬ ਰੱਖ ਰੱਖੇਗਾ ਉਹ 'ਚ ਪਾ ਰਹੇ ਹਾਂਗੇ ਹੁਣ ਤਾਂ। ਕਿੰਨਾ ਨੌਜਵਾਨਾਂ ਦਾ ਕਿੰਨਾ ਕੁ ਸਾਥ, ਜਿੰਨਾ ਜਿਹੜੇ ਆਮ ਆਦਮੀ ਨਾਲ ਚੜ੍ਹ ਗਏ ਸੀ ਉਹ ਸਾਰੇ ਸਿਮਰਜੀਤ ਮਾਨ ਨਾਲ ਜੁੜ ਗਏ? ਅੱਧ ਤੋਂ ਜ਼ਿਆਦਾ ਜੀ ਟੁੱਟ ਗਏ, ਸਿਮਰਜੀਤ ਮਾਨ ਦੀ ਪਿੱਠ 'ਤੇ ਖੜ੍ਹ ਗਏ। ਹਾਂਜੀ, ਕਿਵੇਂ ਲੱਗਦਾ ਜਿੱਤ ਜੂ ਸਿਮਰਜੀਤ ਮਾਨ? ਇਹ ਬਰਾਈ ਦੀ ਵਜ੍ਹਾ ਨਾਲ ਨੇਗੇ ਜਿਹੜੀ ਸਾਡੇ ਨਾਲ ਯੂਨੀਅਨ 'ਚ ਧੱਕਾ ਕਰ ਗਈ ਜੀ, ਉਸ ਕਰਕੇ ਨਾ ਜ਼ਿਆਦਾ ਟੁੱਟ ਗਏ, ਨੌਜਵਾਨ ਵਰਗ ਸਾਰਾ ਪਿੱਛੇ ਹਟ ਗਿਆ। ਹਾਂਜੀ, ਕੀ ਲੱਗਦਾ ਸਿਮਰਜੀਤ ਮਾਨ ਜਿੱਤੂ ਇਸ ਵਾਰ? ਜਿੰਨਾ ਉਹ ਸਾਰਾ ਪਿੱਛੇ ਹਟ ਗਿਆ ਜੀ, ਬਾਕੀ ਗੱਲਾਂ ਦਾ ਤਾਂ ਪਤਾ ਨਹੀਂ, ਦੂਸਰੀਆਂ ਪਾਰਟੀਆਂ ਦੇ ਮੂੰਹ 'ਚੋਂ ਝੱਗ ਡਿੱਗਣ ਲਾਤੀ। ਇਹ ਤਾਂ ਸਰਕਾਰ ਮੰਨ ਰਹੀ ਹੈ ਵੀ ਸਾਡੀ ਟੱਕਰ ਸਿਮਰਜੀਤ ਮਾਨ ਨਾਲ। ਹਾਂ, ਇਹਨਾਂ ਨਾਲ ਜੀਣਾ ਦੁੱਬਰ ਕਰਤਾ ਬਾਕੀ ਪਾਰਟੀਆਂ ਨੇ, ਮਾਨ ਸਾਹਿਬ ਨੇ ਨਜ਼ਾਰਾ ਲਿਆਤਾ ਅੱਜ ਕੀ। ਮੈਂ ਆਖਿਆ ਕਲੀਅਰ ਆ ਜੀ, ਇਹ ਤਾਂ ਜਮਾਂ ਨੌਜਵਾਨਾਂ ਦਾ ਉਤਸ਼ਾਹ ਦੇਖਿਆ ਬਣਦਾ। ਇਹ ਸਾਰੇ ਨੌਜਵਾਨ ਪਹਿਲਾਂ ਆਮ ਆਦਮੀ ਪਾਰਟੀ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਸੀ, ਹੋਰ ਵੀ ਕਰਦੇ ਆ। ਇੱਧਰ ਕੇਵਲ ਸਿੰਘ ਢਿੱਲੋਂ ਦਾ ਲੱਗਿਆ ਹੋਇਆ ਪੋਲਿੰਗ ਬੂਥ। ਹਾਂਜੀ ਚੇਅਰਮੈਨ ਸਾਹਿਬ, ਕਿਵੇਂ ਲੱਗਦਾ ਜੀ ਐਤਕੀ ਰੁਝਾਨ ਥੋੜ੍ਹਾ ਜਿਹਾ ਘੱਟ ਲੱਗਦਾ? ਐਤਕੀ ਫੱਗੂਵਾਲਾ ਸਾਹਿਬ ਕੰਮ ਦਾ ਬਹੁਤ ਟਾਈਮ ਹੈ, ਜਿਹੜਾ ਮਜ਼ਦੂਰ ਅਤੇ ਕਿਸਾਨ ਆ ਉਹ ਖੁਸ਼ਤਾ 'ਚ ਬਿਜ਼ੀ ਹੈ, ਬਿਜ਼ੀ ਹੋਣ ਕਰਕੇ ਵੋਟ ਹੈ ਜਿਹੜੀ ਉਹ ਬਹੁਤ ਘੱਟ ਪੋਲ ਹੋਣੀ ਹੈ। ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਨੂੰ ਪ੍ਰਪੇਅਰ ਕਰ ਰਹੇ ਹਾਂ ਵੀ ਆ ਕੇ ਵੋਟ ਪਾਉਣ, ਪਰ ਆਪਾਂ ਨੂੰ ਪਤਾ ਵੀ ਸਾਰੇ ਕੰਮਕਾਰ ਵਾਲੇ ਬੰਦੇ ਨੇ ਬਹੁਤ ਘੱਟ ਆ ਰਹੇ ਨੇ। ਕਿਵੇਂ ਲੱਗਦਾ ਢਿੱਲੋਂ ਸਾਹਿਬ ਦਾ, ਕਿਵੇਂ ਰਹੂਗਾ? ਢਿੱਲੋਂ ਸਾਹਿਬ ਨੂੰ ਵਧੀਆ ਵੋਟਾਂ ਪੈ ਰਹੀਆਂ ਨੇ ਜੀ, ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੀ ਵੱਧ ਤੋਂ ਵੱਧ ਵੋਟਾਂ ਪਵਾ ਕੇ ਢਿੱਲੋਂ ਸਾਹਿਬ ਨੂੰ ਜਿਤਾਈਏ, ਪਰ ਜਿਹੜੇ ਅੱਜ ਸਮੇਂ ਦੇ ਮੁਤਾਬਕ ਹਾਲਾਤ ਨੇ ਸਾਰੀ ਪਾਰਟੀ ਆਪਾਂ ਆਪਦੀ ਕੋਸ਼ਿਸ਼ ਕਰਨ ਲੱਗੀ ਹੋਈਆਂ ਨੇ, ਕਿਉਂਕਿ ਅੰਕੜੇ ਸਰਕਾਰ ਮੰਨ ਰਹੀ ਆ ਵੀ ਸਾਡੀ ਸਿਮਰਜੀਤ ਮਾਨ ਨਾਲ ਟੱਕਰਾ, ਬਾਕੀ ਪਾਰਟੀਆਂ ਰੇਸ ਤੋਂ ਬਾਹਰ ਨੇ। ਦੇਖੋ ਕੋਸ਼ਿਸ਼ ਹਰ ਇੱਕ ਪਾਰਟੀ ਕਰਦੀ ਹੁੰਦੀ ਹੈ, ਚਾਹੁੰਦੇ ਆ ਵੀ ਮੈਨੂੰ ਵੱਧ ਤੋਂ ਵੱਧ ਵੋਟਾਂ ਪਾਉਣ, ਪਰ ਸਮੇਂ ਦਾ ਰੁਝਾਨ ਹੈ, ਜੋ ਸਮੇਂ ਦੇ ਰੁਝਾਨ ਨਾਲ ਲੋਕ ਜਿਹੜੀ ਆਵਾਜ਼ ਹੈ ਉਹਨਾਂ ਦੀ, ਲੋਕਾਂ ਦੀ ਆਵਾਜ਼ ਹੈ ਵੀ ਜਿਹੜਾ ਇਸ ਟਾਈਮ ਸਰਕਾਰ ਚੱਲ ਰਹੀ ਹੈ ਮੌਜੂਦਾ ਆਪ ਦੀ, ਉਹ ਤੋਂ ਲੋਕ ਦੁਖੀ ਹੋਏ ਨੇ, ਉਹਦਾ ਬਦਲਾਓ ਵੀ ਚਾਹੁੰਦੇ ਨੇ। ਬਦਲਾ ਕਿਤੇ ਨਾ ਕਿਤੇ ਜੋ ਕਿ ਆਮ ਆਦਮੀ ਪਾਰਟੀ ਨੇ ਮੰਗਿਆ ਸੀ ਉਹ ਬਦਲਾਓ ਉਰੇ ਦੇਖਣ ਨੂੰ ਮਿਲ ਰਿਹਾ। ਹਾਂਜੀ, ਕਿਵੇਂ ਲੱਗਦਾ ਮਾਹੌਲ? ਮਾਹੌਲ ਤਾਂ ਜੀ ਹੁਣ ਤੁਸੀਂ ਦੇਖ ਹੀ ਰਹੇ ਹੋ, ਸਾਰੇ ਸਟੇਜਾਂ ਖਾਲੀ ਪਈਆਂ ਨੇ। ਇਹ ਤਾਂ ਇੱਕ ਪੰਜਾਬੀ ਦੀ ਕਹਾਵਤ ਆ ਵੀ ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਦੀਂਦਾ ਵੀਰ, ਉੱਦਾਂ ਦੀ ਗੱਲ ਹੋਈ ਪਈ ਆ। ਹੋਰ ਵੀ ਇੱਧਰ ਕਾਂਗਰਸ ਦੇ ਸਾਡੇ ਲੀਡਰ ਬੈਠੇ ਨੇ, ਬਾਹਰੋਂ ਬੰਦੇ ਵੀ ਬੁਲਾਏ ਹੋਏ ਨੇ, ਡੈਪੂਟੇਸ਼ਨ 'ਤੇ ਆਏ ਹੋਏ ਨੇ ਸਾਡੇ ਵੀਰ। ਹਾਂਜੀ, ਕਿਵੇਂ ਲੱਗਦਾ ਮਾਹੌਲ? ਹਾਂਜੀ ਮੰਨਾ ਜੀ, ਕਿਵੇਂ ਲੱਗਦਾ ਮਾਹੌਲ? ਜਿਹੜਾ ਇਹ ਪੋਲਿੰਗ ਭਰਿਆ ਪਿਆ ਹੁੰਦਾ ਸੀ, ਅੱਜ ਸਾਰੇ ਜਾਣੇ ਜੀਰੀ ਲਾ ਰਹੇ ਨੇ ਕਾਂਗਰਸੀ। ਬਿਲਕੁਲ ਜੀ, ਸੀਜ਼ਨ ਦਾ ਕੰਮ ਹੈਗਾ, ਸਰਕਾਰ ਨੇ ਬਿਨਾਂ ਟਾਈਮ ਦੇਖੇ ਇਹ ਇਲੈਕਸ਼ਨ ਰੱਖੀ ਹੈਗੀ, ਪੋਲਿੰਗ ਬਹੁਤ ਘੱਟ ਹੋ ਰਹੀ ਹੈਗੀ। ਕਿਵੇਂ ਲੱਗਦਾ ਇਸ ਵਾਰ ਗੋਲਡੀ ਬਾਜੀ ਮਾਰਜੂ? ਦੇਖੋ ਜਿਹੜਾ ਬੰਦਾ ਖੜ੍ਹਾ ਹੁੰਦਾ ਉਹਨੂੰ ਆਸ ਤਾਂ ਹੁੰਦੀ ਵਾ, ਮਿਹਨਤ ਕਰ ਰਹੇ ਹਾਂਗੇ, ਬਾਕੀ ਪਰਮਾਤਮਾ ਬੂਰ ਪਾਊਗਾ, ਪਤਾ ਲੱਗ ਜੂਗਾ ਅੱਗੇ ਆ ਕੇ। ਇਸ ਪਿੰਡ 'ਚ ਕਿੰਨੀ ਕੁ ਪ੍ਰਸੈਂਟ ਤੁਹਾਨੂੰ ਲੱਗਦਾ ਵੀ ਵੋਟ ਪੋਲ ਹੋਜੂ? 35-40% ਪੋਲ। ਇਹ ਸਨ ਕਾਂਗਰਸੀ ਆਗੂ ਹਰਜਿੰਦਰ ਸਿੰਘ ਮੰਨਾ ਜੀ। ਦੇਖਣਾ 26 ਤਰੀਕ ਨੂੰ ਇਹ ਹੋਊਗਾ ਕਿ ਕੌਣ ਮਾਰਦਾ ਬਾਜੀ ਅਤੇ ਕੌਣ ਮੈਦਾਨ 'ਚੋਂ ਢਹਿੰਦਾ। ਕੈਮਰਾਮੈਨ ਛਪਿੰਦਰ ਨਾਲ ਇਕਬਾਲ ਸਿੰਘ ਫੱਗੂਵਾਲਾ, D5 ਚੈਨਲ ਪੰਜਾਬੀ। ਆ ਗਏ ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।